सत श्री अकाल सारे भरावां नूं, होर सुनाओ ठीक ठाक। एक रिपीटर 3 साल तो, दूजी रिपीटर 3 साल तो, दोनों रिपीटर ने 3 साल बाद दोवें गबन हुई ने। वीर नाल गलबात कराने जिहदियां गाइयां ने, यह भी 3 साल बाद गबन हुई है, 2.5 महीने की चेक हो गई है, तो उन्होंने 5वां महीना जान दिया, पहलां दी गबन हुई है। वीडियो मैं दोनों की कट्ठियां की तैयार करनी है, करके दोवां नूं विच लै लिया मैं वीडियो दे विच, कि दोवें ही धन धन गुरु रामदास की कृपा ना अज की डेट च गबने, 2.5 महीने की गबने, ये 5-6 महीने की गबने। ठीक है जी, बाकी भरा ना करते हैं गलबात, बह के की आता बैड नूं पौने 3 महीने आ वाली बैड नूं, ते रिपीटर ही अज 3 महीने की गबने है उहदी कृपा नाल सच्चे पातशाह दी नाल। ते इहदे नाल नाल ਇਹ ਸਾਰੇ ਜਾਨਵਰ ਇੱਕ ਵਾਰੀ ਖਰਾਬ ਚੱਲੇ ਆ, ਇੰਨੇ ਕੁ ਖਰਾਬ ਚੱਲੇ ਆ ਕਿ ਇਹਦਾ ਮਤਲਬ ਅੱਜ ਉਹਦੀ ਮਿਹਰ ਆ ਸੱਚੇ ਪਾਤਸ਼ਾਹ ਦੀ, ਅੱਜ ਇਹ ਗੱਭਣ ਹੋ ਗਏ ਆ, ਮੱਝ ਵੀ ਤਾਂ ਗਾਂ ਵੀ ਇੱਧਰ, ਇਹਨੂੰ ਹੁਣ ਚੈੱਕ ਕੀਤਾ ਵਾ ਅਤੇ ਠੰਡਾ ਟੀਕਾ ਲਾ ਤਾ ਇਹਨੂੰ, ਥੋੜ੍ਹੇ ਨਾਲੇ ਨੂਲੇ ਡੇਈ ਮੋਟੇ ਮਾਰਨ, ਇਹਦੇ ਕਰਕੇ ਮੈਨੂੰ ਐਮਰਜੈਂਸੀ ਆਉਣਾ ਪਿਆ ਇੱਥੇ। ਅਤੇ ਬਾਕੀ ਇਹ ਹੈ ਕਿ ਇੱਦਾਂ ਦੀ ਸਮੱਸਿਆ ਹੈ ਕਿ ਕੋਈ ਡੰਗਰ ਬਾਂਦਾ ਬੂੰਦਾ ਬੜਾ ਔਖਾ ਸੀ, ਚਲੋ ਅੱਜ ਦੀ ਡੇਟ 'ਚ ਉਹਦੀ ਕਿਰਪਾ ਵਾ, ਸਾਰੇ ਗੱਭਣ ਗੁੱਬਣ ਜਾਣ ਡੇ ਨੇ, ਬਣ ਗਏ ਆ ਸਾਰੇ ਉਹਦੀ ਮਿਹਰ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ਹੋਰ ਸੁਣਾਓ ਠੀਕ ਠਾਕ ਮੇਰੇ ਭਰਾ ਸਾਰੇ। ਅਤੇ ਮੈਂ ਜਦ ਧੁੱਪੇ ਬਹਿੰਦੇ ਉੱਤੇ ਕੋਠੇ ਦੇ ਉੱਪਰ, ਥੱਲੇ ਜਗ੍ਹਾ ਥੋੜ੍ਹੀ ਸੀ ਆਪਣੀ ਜਿੱਥੋਂ ਮੈਂ ਗਾਵਾਂ ਦੀ ਫੋਟੋ ਲਈ ਆ, ਅਤੇ ਮੈਂ ਚਲੋ ਉੱਪਰ ਬਹਿੰਦੇ ਹਾਂ, ਅਤੇ ਭਰਾ ਆਪਣਾ ਵੀ ਨਾਲ ਆ ਗਿਆ, ਬਹਿ ਗਿਆ। ਸਤਿ ਸ਼੍ਰੀ ਅਕਾਲ ਵੀਰ ਜੀ। ਅਤੇ ਵੀਰ ਜੀ ਕਿੰਨੇ ਚਿਰਾਂ ਬਾਅਦ ਆਪਣੀਆਂ ਬਣੀਆਂ ਗਾਵਾਂ, ਦੱਸੋ ਜ਼ਰਾ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੇਰੇ ਵਾਸਤੇ। ਹਾਂਜੀ ਹਾਂਜੀ, ਬੇਨਤੀ ਇਹ ਆ ਵੀ ਗਾਈਆਂ ਦਾ ਮੈਂ ਬਹੁਤ ਸ਼ੌਕੀਨ ਹਾਂ ਜੀ। ਹਾਂਜੀ ਹਾਂਜੀ, ਅਤੇ ਵਾਹਵਾ ਤਕਰੀਬਨ ਤੋਂ ਜੋ ਮੈਂ ਆਪਣੀ ਹੋਸ਼ ਸੰਭਾਲੀ ਹੈ ਜੀ, ਅਤੇ ਵੀ ਇਹਨਾਂ ਬਹੁਤ ਪ੍ਰੇਮ ਰਿਹਾ ਸਾਡਾ, ਅਤੇ ਮੈਂ ਤਾਂ ਸੜਕ ਤੋਂ ਵੀ ਜਿਹੜੀ ਗਾਈ ਫੜਾਂ, ਅਤੇ ਮਤਲਬ ਵੀਰ ਨੂੰ ਸੱਦਦੇ ਰਹੇ, ਟੀਕੇ ਟਾਕ ਲਵਾਉਂਦੇ ਰਹੇ ਹਾਂ, ਅਤੇ ਬਾਬੇ ਦੀ ਮਿਹਰ ਹੋ ਜਾਂਦੀ ਰਹੀ, ਬਣ ਜਾਂਦੀ ਰਹੀ ਆ, ਅਤੇ ਹੁਣ ਵੀ ਮੇਰੇ ਕੋਲ ਗਾਈਆਂ ਤੋਂ ਇੱਕ ਐਚ ਐਪ ਕਰੋਸ ਆ। ਇਹਨਾਂ ਨੂੰ 3-3 ਸਾਲ ਹੋ ਗਏ ਆ, ਕਿੰਨੇ ਟੀਕੇ ਲੱਗ ਗਏ ਹੁਣ ਤੱਕ ਭਲਾ ਇਹਨਾਂ ਨੂੰ? ਤਕਰੀਬਨ ਪਤਾ ਹੀ ਕੋਈ ਨਹੀਂ ਆ ਜੀ, ਟੀਕੇ ਕਿੰਨਾ ਕੁ ਮੈਂ ਲਵਾ ਛੱਡਿਆ ਵਾ, 3-4 ਸਾਲ ਹੋ ਗਏ ਇਹਨਾਂ ਨੂੰ ਮੈਂ ਮਤਲਬ ਕਰਦਿਆਂ ਬਣਾਉਂਦਿਆਂ ਨੂੰ, ਕਦੀ ਕੋਈ ਡਾਕਟਰ ਸੱਦਦਾ ਰਿਹਾ, ਕਦੀ ਕੋਈ ਡਾਕਟਰ ਸੱਦਦਾ ਰਿਹਾ, ਮੇਰੇ ਡੰਗਰ ਬਣ ਡੇ ਪਏ ਆ, ਕੋਈ 4 ਮਹੀਨਿਆਂ ਦੀ ਗੱਭਣੇ ਆ, ਕੋਈ 5 ਦੀ ਗੱਭਣੇ ਆ ਜੀ, ਤੇ ਬੇਨਤੀ ਇਹ ਆ ਵੀ ਵੀਰ ਦਾ ਬਹੁਤ ਹੱਥਕਰਮਾ ਵਾਲਾ ਵਾ ਜੀ, ਤੇ ਬਹੁਤ ਜ਼ਿਆਦਾ ਵੀਰ ਨਾਲ ਪ੍ਰੇਮ ਆ ਢਿੱਲੋ ਸਾਹਿਬ ਨਾਲ, ਤੇ ਮੇਰਾ ਵੀਰ ਤੁਸੀਂ ਵੀ ਕੋਈ ਚੰਗੇ ਡਾਕਟਰ ਨਾਲ ਵਰਤਿਆ ਕਰੋ, ਮਾੜੇ ਡਾਕਟਰ ਕੋਲ ਵੀ ਜਿਹੜਾ ਇਲਾਜ ਆ ਮਤਲਬ ਮਹਿੰਗਾ ਆਉਂਦੇ ਵੀ ਇੱਕੋ ਵਾਰੀ, ਤੇ ਸਸਤਾ ਜਿਹੜਾ ਵਾਰ ਵਾਰ ਆ, ਤੇ ਵੀਰ ਜਿੰਨੇ ਦੀ ਵੀ ਦਵਾਈ ਲਿਖਦਾ ਵਾ 500 ਦੀ ਲਿਖੇ ਆਪ ਵੀ ਕਰਕੇ ਜਾਂਦਾ, ਬਹੁਤ ਜ਼ਿਆਦਾ ਵੀਰ ਨਾਲ ਪ੍ਰੇਮ ਆ ਮੇਰਾ, ਤੇ ਇਹ ਵੀਰ ਪਿੰਡ ਦੇ ਨੇ ਉੱਦਾਂ, ਤੇ ਇਹ ਆ ਵੀ ਅੱਧੀ ਜ਼ਬਾਨ ਨਾਲ ਮੇਰਾ ਵੀਰ ਆਉਂਦੇ ਨੇ, ਤੇ ਮੇਰੀ ਗੱਲਬਾਤ ਸੁਣਦੇ ਨੇ, ਇਹ ਆ ਵੀ ਮੇਰੀਆਂ ਗਾਈਆਂ ਜਦੋਂ ਵੀ ਠਹਿ ਚਲਦੀਆਂ ਵਾ। ਬਾਕੀ ਵੀਰ ਜੀ ਪਿੰਡ ਦੀ ਆ ਪਹਿਲੀ ਵੀਡੀਓ ਆ ਮੇਰੀ ਆਪਣੇ ਪਿੰਡ ਦੀ, ਇਹੋ ਹੀ ਆ ਵੀ ਕੀ ਨਾਂ ਤੇ ਉਹ 3-3, 4-4 ਸਾਲ 3 ਸਾਲ ਹੋ ਗਏ ਗਾਈ ਸੂਈ ਨੂੰ, ਅਜੇ ਤੱਕ ਨਾ ਉਹ ਬੋਲਦੀ ਆ ਨਾ ਉਹ ਬਣਦੀ ਆ, ਇਹ ਵੀਰ ਨੂੰ ਜਦੋਂ ਆਉਣਾ ਉਦੋਂ ਹੀ ਕਹਿਣਾ। ਜੇ ਮੇਰਾ ਕਨੈਕਟ ਪਹਿਲਾਂ ਹੋਰ ਵੀਰ ਭਰਾ ਆਉਂਦੇ ਰਹੇ ਨੇ ਇਹਦੇ ਵੱਲ, ਪਰ ਜਦੋਂ ਦਾ ਮੈਂ  3-4-5 ਮਹੀਨੇ ਹੋਏ ਜਦੋਂ ਦਾ ਸਟਾਰਟ ਕੀਤਾ ਆਉਣਾ, ਕਿਉਂਕਿ ਮੇਰਾ ਪਿੰਡ 'ਚ ਟਾਈਮ ਹੀ ਨਹੀਂ ਲੱਗਦਾ ਰਿਹਾ, ਮੇਰਾ ਬਾਹਰ ਹੀ ਸਾਰਾ ਦਿਨ ਨਿਕਲ ਜਾਂਦਾ ਰਿਹਾ, ਇਹ ਵੀਰ ਭਰਾ ਫੋਨ ਵੀ ਕਰਨੇ, ਮੇਰਾ ਮਿਲਾਪ ਨਾ ਆਉਣਾ, ਫਿਰ ਇਹਨਾਂ ਨੂੰ ਮਜਬੂਰ ਨਾ ਘੋਰ ਕੇ ਨੂੰ ਸੱਦਣਾ ਪੈਂਦਾ ਹੁੰਦਾ ਸੀ, ਅਤੇ ਇਹ ਕਰਕੇ ਜਦੋਂ ਦਾ ਮੈਂ ਹੁਣ 4 ਮਹੀਨੇ ਹੋ ਗਏ ਵੀਰ ਨੇ, ਚਲੋ ਬੜੀ ਰਿਕੁਐਸਟ ਕੀਤੀ ਸੀ ਆਪਾਂ ਨੂੰ, ਅਤੇ ਜਦੋਂ 4 ਮਹੀਨੇ ਹੋ ਗਏ ਆ ਜਦੋਂ ਦਾ ਆਉਣਾ ਸ਼ੁਰੂ ਕੀਤਾ ਵਾ, ਅਤੇ ਜਿੰਨੀ ਵੀ ਖੱਜਲ ਖਰਾਬੀ ਸੀ ਵੀਰ ਦੀ, ਜਿੰਨਾ ਵੀ ਇਹ ਖਰਾਬ ਚੱਲਣ ਡਿਆ ਇੰਨੇ ਸਮੇਂ ਤੋਂ, ਜੂ 3-4 ਮਹੀਨੇ ਹੋਏ ਆ ਹੁਣ ਆਪਾਂ ਦੋਵੇਂ ਗਾਈਆਂ ਗੱਭਣ ਕਰਕੇ ਧਰਤੀਆਂ ਨੇ। ਹਾਂਜੀ ਬਹੁਤ ਤਾਂ ਵੀਰ ਤਾਂ ਆਉਂਦੇ ਨੇ ਹੁੰਦੇ ਸਿਆਣੇ ਵੀ ਮਤਲਬ ਸਵਾਹ ਦੀ ਪੌੜੀ ਵੀ ਦੇ ਦੇਈਏ, ਅਤੇ ਉਹ ਹੱਥਕਰਮਾ ਵਾਲਾ ਹੁੰਦਾ ਵੀਰ ਦਾ, ਹੱਥਕਰਮਾ ਵਾਲਾ ਇੰਨਾ ਵਾ ਵੀ ਇਹ ਮਤਲਬ ਗਾਈ ਨੂੰ ਬੁਖਾਰ ਚੜਿਆ ਹੋਵੇ ਕੁਝ ਵੀ ਹੋਵੇ, ਇੱਕੋ ਵਾਰੀ ਟੀਕਾ ਲਾਉਣ ਦੀ ਲੋੜ ਆ, ਅਤੇ ਦੂਜੀ ਵਾਰੀ ਡੰਗਰ ਆਪਣੇ ਆਹ ਪੱਠੇ ਖਾਣ ਡਹਿ ਪੈਂਦਾ ਵਾ, ਅਤੇ ਇਹ ਵੀਰ ਦਾ ਇੰਨਾ ਹੱਥਕਰਮਾ ਵਾਲਾ ਵੀ ਅਸੀਂ ਇਹਦੇ ਮਗਰੋਂ ਵੀ ਸਿਫਤਾਂ ਕਰਦੇ ਹਾਂ ਵੀ ਪੈਸੇ ਵੀ ਸਾਡੇ ਕੋਲ ਜਿੱਥੇ 100 ਲੈਣਾ ਉੱਥੇ ਸਾਡੇ ਕੋਲ 50 ਲੈਂਦੇ ਨੇ, ਅਤੇ ਨਾ ਵੀ ਹੁਣ ਆਖੇ ਆਉਂਦਾ ਚੱਲ ਕੋਈ ਗੱਲ ਨਹੀਂ ਤੂੰ ਆਪਣੇ ਪਿੰਡ ਵਾਸ ਦੀ ਗੱਲ, ਮੈਂ ਤਾਂ ਭਲਾ ਕਰਨਾ ਵਾਂ, ਗੁਰੂ ਰਾਮਦਾਸ ਨੇ ਮੈਨੂੰ ਘੱਲਿਆ ਵਾ ਸੇਵਾ ਕਰਨ ਵਾਸਤੇ, ਅਤੇ ਵੀਰ ਬਹੁਤ ਸੋਹਣੀ ਸੇਵਾ ਕਰਦਾ ਵਾ ਬੇਜ਼ਬਾਨਾਂ ਦੀ, ਅਤੇ ਇਹਨੂੰ ਮਹਾਰਾਜ ਬਹੁਤਾ ਦੇਵੇ ਇਹਨੂੰ, ਅਤੇ ਸਾਡੇ ਵੱਲੋਂ ਵੀ
ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਵੀਰ ਦੀ, ਸੁਣੀ ਗੱਲਬਾਤ ਬਹੁਤ ਸੋਹਣੀ ਗੱਲ। ਚਲੋ ਭਰਾ ਨੇ ਜਿੰਨੀ ਕੁ ਵੀ ਕੀਤੀ ਆ ਬਹੁਤ ਸੋਹਣੀ ਗੱਲ ਕੀਤੀ, ਵਧੀਆ ਲੱਗਾ ਯਾਰ। ਤਾਂ ਤੁਹਾਨੂੰ ਇਹਨਾਂ ਭਰਾਵਾਂ ਨਾਲ ਮੈਂ ਮੇਰੀ ਪਿੰਡ ਦੀ ਪਹਿਲੀ ਵੀਡੀਓ ਆ ਇਹ, ਕਿਉਂਕਿ ਮੇਰਾ ਪਿੰਡ 'ਚ ਮੈਂ ਸਵੇਰੇ ਨਿਕਲ ਜਾਂਦਾ ਸ਼ਾਮ ਨੂੰ ਆਉਂਦਾ, ਮੇਰਾ ਟਾਈਮ ਨਹੀਂ ਲੱਗਦਾ ਪਿੰਡ ਦੇ ਵਿੱਚ ਕਿਉਂਕਿ ਮੇਰਾ ਬਾਹਰ ਦਾ ਕੰਮ ਬਹੁਤ ਜ਼ਿਆਦਾ ਵਾ ਅਤੇ ਬਾਹਰ ਹੀ ਮੇਰਾ ਸਮਾਂ ਕਾਫੀ ਨਿਕਲ ਜਾਂਦਾ ਵਾ ਅਤੇ ਪਿੰਡ ਦਿਆਂ ਨੂੰ ਮਜਬੂਰਨ ਬਾਹਰੋਂ ਸੱਦਣਾ ਪੈਂਦਾ ਵਾ ਬਾਹਰ ਦੇ ਵੀਰ ਭਰਾ ਆਪਣੇ ਡਾਕਟਰ ਨੂੰ। ਪਰ ਵੀਰ ਜੀ ਖੱਜਲ ਖਰਾਬੀਆਂ ਨੇ ਜਿਹੜੀ ਸਿੱਧੀ ਗੱਲ ਆ, ਅਤੇ ਸਿੱਧੀ ਗੱਲ ਆ ਕਿ ਸਪੋਰਟ ਕਰਿਆ ਕਰੋ ਸੱਚ ਨੂੰ। ਮੈਂ ਫਿਰ ਕਹਿੰਦਾ ਭਰਾ ਹੁਣ ਪਿੱਠ 'ਤੇ ਬੈਠੇ ਨੇ, ਕੁਝ ਰੱਬ ਦੇ ਬੰਦੇ ਵੀ ਦੁਨੀਆਂ 'ਤੇ ਛੱਡੇ ਹੋਏ ਆ, ਧੰਨ ਧੰਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਰੱਬ ਦੇ ਬੰਦੇ ਛੱਡੇ ਹੋਏ ਧਰਤੀ ਦੇ ਉੱਤੇ ਆ। ਆਪਾਂ ਇਹੋ ਕੁਝ ਹੀ ਰਿਪੀਟਰਾਂ 'ਤੇ ਹੀ ਡਏ ਹਾਂ, ਤਾਂ ਰਿਪੀਟਰਾਂ ਵੀਰ ਜੀ ਇੱਦਾਂ ਦੀਆਂ ਜਿਹੜੀਆਂ ਤਿੰਨ ਤਿੰਨ ਸਾਲ ਚਾਰ ਚਾਰ ਦੋ ਦੋ ਸਾਲ, ਜ਼ਰੂਰੀ ਨਹੀਂ ਮੇਰੀਆਂ ਹੁਣ ਸਾਰੀਆਂ ਵੀਡੀਓ ਚੈੱਕ ਕਰਿਓ, ਮੈਂ ਕਦੀ ਸਕਰੀਨ ਦੇ ਉੱਪਰ ਜਾਂ ਆਪਣਾ ਨੰਬਰ ਦਿੱਤਾ ਕੋਈ ਵੀਡੀਓ ਚੈੱਕ ਕਰ ਲਓ, ਨਹੀਂ ਦਿੱਤਾ ਮੈਨੂੰ ਕੰਮ ਦੀ ਨਹੀਂ ਲੋੜ ਵੀਰ ਜੀ, ਮੈਂ ਆਪਣੀ ਕੋਈ ਮਸ਼ਹੂਰੀ ਨਹੀਂ ਕਰਦਾ, ਸਿਰਫ ਮੈਨੂੰ ਸ਼ੌਂਕ ਹੈ ਆਪਣਾ ਰਿਜ਼ਲਟ ਦਿਖਾਉਣਾ, ਆਪਣਾ ਕੰਮ ਕਾਰ ਦਿਖਾਉਣਾ, ਇਹਨਾਂ ਵੀਰਾਂ ਭਰਾਵਾਂ ਨਾਲ ਗੱਲ ਕਰਾਉਣੀ ਕਿ ਤੁਸੀਂ ਸਮਝੋ ਕਿ ਬੰਦਾ ਚੀਜ਼ ਕੀ ਆ, ਉਹਦੀ ਕਿਰਪਾ ਕਿੰਨੀ ਆ, ਆਪਾਂ ਉਹਦਾ ਨਾਂ ਲੈਂਦੇ ਹਾਂ ਵਾਰ ਵਾਰ ਅਤੇ ਉਹਦੀ ਕਿੰਨੀ ਕਿਰਪਾ ਵਾ, ਹੈ ਨਾ। ਅਤੇ ਮੇਰੇ ਭਰਾ ਸਪੋਰਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ। ਦੋ ਦੋ ਤਿੰਨ ਤਿੰਨ ਜਾਨਵਰ ਯਾਰ ਇੰਨੇ ਇੰਨੇ ਚਿਰ ਤੋਂ ਖਰਾਬ ਚੱਲਣ ਡੇ ਨੇ, ਅਤੇ ਬੰਦੇ ਹੈ ਨਾ ਵੀ ਸੁਣ ਹੀ ਲੈਂਦੇ ਉਹ ਜ਼ਬਾਨ ਤੋਂ ਕਿਵੇਂ, ਮਤਲਬ ਬੰਦੇ ਹੈ ਨਾ ਕਹਿੰਦੇ ਆਪਣੇ ਬਾਰੇ ਕੀ ਬੋਲ ਬਣੀ ਉਹਨਾਂ ਦੀ ਕਿਵੇਂ ਆ, ਅਤੇ ਇਹ ਕਰਕੇ ਕਮੀ ਨਹੀਂ ਹੈਗੀ ਕਿਸੇ ਚੀਜ਼ ਦੀ ਵੀ, ਨਾ ਤਾਂ ਆਪਾਂ ਨੂੰ ਕੰਮ ਦੀ ਲੋੜ ਹੈ। ਆਪਾਂ ਨੂੰ ਦਸ ਜਣੇ ਮਿਲਦੇ ਆ, ਦਸ ਉਡੀਕਦੇ ਰਹਿ ਜਾਂਦੇ ਰੋਜ਼, ਅਤੇ ਕੰਮ ਦੀ ਲੋੜ ਹੀ ਨਹੀਂ ਆ ਮਸ਼ਹੂਰੀ, ਅਤੇ ਉਹ ਬੰਦਾ ਨੰਬਰ 'ਤੇ ਉਹ ਦਿੰਦਾ ਵਾ ਜਿਹਨੂੰ ਕੰਮ ਦੀ ਲੋੜ ਆ, ਨੰਬਰ ਬੰਦਾ ਉਹ ਦਿੰਦਾ ਜਿਹਨੂੰ ਕੰਮ ਦੀ ਲੋੜ ਆ। ਅਤੇ ਮੇਰੇ ਵੀਡੀਓ 'ਤੇ ਦੇਖਿਓ ਕਦੀ ਨੰਬਰ ਹੈਗਾ, ਨਹੀਂ ਯਾਰ ਨੰਬਰ ਦੀ ਲੋੜ ਨਹੀਂ। ਜਿਹੜੇ ਵੀਰ ਭਰਾ ਨੂੰ ਲੋੜ ਆ ਮੇਰੇ ਨਾਲ ਕਨੈਕਟ ਕਰ ਲਏ, ਮੈਂ ਉਹਦੇ ਨਾਲ ਗਾਈਡ ਕਰਨ ਲਈ, ਉਹਨੂੰ ਦੱਸਣ ਲਈ ਉਹਦੇ ਨਾਲ ਖੜ੍ਹਾ ਵਾਂ, ਉਹਨਾਂ ਦੀ ਸਪੋਰਟ 'ਚ ਖੜ੍ਹਾ ਜਿਵੇਂ ਇਹਨਾਂ ਭਰਾਵਾਂ ਲਈ ਖੜ੍ਹਾ ਵਾਂ, ਉੱਦਾਂ ਹੀ ਮੈਂ ਉਹਨਾਂ ਲਈ ਖੜ੍ਹਾ ਵਾਂ। ਮੇਰੇ ਨਾਲ ਕਮੈਂਟ 'ਚ ਨੰਬਰ ਲੈ ਲੈਣ ਅਤੇ ਮੇਰੇ ਨਾਲ ਗੱਲ ਕਰ ਲੈਣ, ਅਤੇ ਮੈਂ ਜਿਵੇਂ ਗਾਈਡ ਕਰੂੰ ਮੇਰੇ ਤਰੀਕੇ ਨਾਲ ਚੱਲ ਕੇ ਵੇਖ ਲਿਓ, ਤੁਹਾਡਾ ਜਾਨਵਰ ਗੱਬਣ ਹੋ ਜੂਗਾ, ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਹੈਗੀ, ਸਿਰਫ ਮੇਰੇ ਤੌਰ ਤਰੀਕੇ ਆ ਕੰਮ ਕਰਨ ਦੇ, ਆਪਣੇ ਤਰੀਕੇ ਨੇ, ਅਤੇ ਇਹ ਕਰਕੇ ਮੇਰੇ ਰਿਜ਼ਲਟ ਸਪੀਡ ਆ ਹਰ ਚੀਜ਼ ਫਾਸਟ ਆ। ਅਤੇ ਭਰਾ ਨੇ ਵੇਖੋ ਸੇਵਾ ਕਿੱਦਾਂ ਕੀਤੀ, ਖਾਣ ਪੀਣ ਲਈ ਸਮਾਨ ਆ ਵੇਖੋ ਇੱਧਰ, ਅਤੇ ਇੱਦਾਂ ਭਰਾ ਸਾਡੇ ਪਿਆਰ ਕਰਦੇ ਨੇ ਅਤੇ ਹੱਥਾਂ 'ਤੇ ਚੱਕੀ ਫਿਰਦੇ ਨੇ ਲੋਕ, ਇਹੋ ਜਿਹੀ ਗੱਲ ਨਹੀਂ, ਮੈਂ ਪਿਆਰ ਵੀ ਹੋਣਾ ਚਾਹੀਦਾ ਨਾ, ਹਰ ਚੀਜ਼ ਪੈਸੇ ਦਾ ਮਸਲਾ ਨਹੀਂ ਹੁੰਦਾ ਵੀਰ ਜੀ। ਇਹ ਕਰਕੇ ਸਪੋਰਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਆਉਣ ਵਾਲੇ ਟਾਈਮ 'ਚ ਵੀਡੀਓ ਲੈ ਕੇ ਆਉਂਦੇ ਰਹਿਣਾ। ਜਿਹੜੇ ਵੀਰ ਭਰਾ ਨੇ ਮੇਰੇ ਨਾਲ ਗੱਲ ਕਰਨੀ ਉਹ ਕਮੈਂਟ 'ਚ ਨੰਬਰ ਮੰਗ ਲਏ ਮੇਰਾ, ਉਹਨੂੰ ਨਾਲ ਦੀ ਨਾਲ ਨੰਬਰ ਮਿਲ ਜੂਗਾ। ਅਤੇ ਬਾਕੀ ਲਾਈਕ ਕਰਿਓ, ਸ਼ੇਅਰ ਕਰਿਓ, ਵੀਡੀਓ ਚੰਗੀ ਲੱਗੂਗੀ ਅਤੇ ਇੱਦਾਂ ਦੀਆਂ ਵੀਡੀਓ ਹੋਰ ਲੈ ਕੇ ਆਉਂਦੇ ਰਹਾਂਗੇ। ਹੋਰ ਵੀ ਗੱਲਬਾਤ ਕਿਸੇ ਨੇ ਪੁੱਛਣੀ ਹੁੰਦੀ ਵੀਰ ਨੇ ਕਮੈਂਟ 'ਚ ਪੁੱਛ ਸਕਦਾ ਮੈਨੂੰ। ਓਕੇ ਜੀ, ਬਾਏ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।